ਜੈ ਭੀਮ ਜੈ ਭਾਰਤ। ਤੁਸੀਂ ਸਮੇਂ ਸਮੇਂ 'ਤੇ ਵੱਖ ਵੱਖ ਟੀਵੀ ਚੈਨਲਾਂ ਦੇ ਉੱਤੇ ਬਹੁਤ ਸਾਰੇ ਐਕਟਰਾਂ ਦੀਆਂ ਫਿਲਮਾਂ, ਸੀਰੀਅਲ, ਨਾਟਕ ਦੇਖੇ ਹੋਣਗੇ। ਅੱਜ ਤੁਹਾਨੂੰ ਇੱਕ ਇਹੋ ਜਿਹਾ ਨਾਟਕ, ਇੱਕ ਸੀਰੀਅਲ ਦਿਖਾ ਰਹੇ ਹਾਂ, ਇੱਕ ਸੱਥ ਦੇ ਵਿੱਚ ਖੁੰਡ ਚਰਚਾ ਦਿਖਾ ਰਹੇ ਹਾਂ, ਜਿਸ ਸੱਥ ਦੇ ਵਿੱਚ ਸਾਰੇ ਦੇ ਸਾਰੇ ਵਿਅਕਤੀ ਜਿਹੜੇ ਜੀਵ ਨੇ ਉਹ ਅੰਗਹੀਣ ਨੇ, ਹੈਂਡੀਕੈਪਟ ਨੇ। ਆਓ ਦੇਖਦੇ ਹਾਂ ਕਿ ਉਹ ਆਪਣੀ ਖੁੰਡ ਚਰਚਾ ਦੇ ਵਿੱਚ, ਆਪਣੀ ਸੱਥ ਦੇ ਵਿੱਚ ਦੇਸ਼ ਦੇ ਪ੍ਰਤੀ ਕਿੱਦਾਂ ਦੀਆਂ ਗੱਲਾਂ ਕਰਦੇ ਆ। ਆਓ ਦੇਖਦੇ ਹਾਂ ਇੱਕ ਸੱਥ ਦੇ ਵਿੱਚ। ਕੂੜੇ ਬੈਠੇ ਘਰ ਵੀ ਪਹੁੰਚਣਾ ਕਿਸੇ ਕੰਜਰ ਨੂੰ ਐਕਟੀ ਬੂਟ ਪਾਈਏ ਹੀ ਨਾ। ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ। ਨਾ ਬਈ, ਜੇ ਬੂਟਾਂ ਨਾ ਪਾਈਆਂ ਤਾਂ ਸਰਕਾਰ ਤਾਂ ਫੇਰ ਵੀ ਬਣੇ ਜਾਣੀ ਹੈ। ਗੱਲ ਹੈ ਜੀ, ਸਹੀ ਗੱਲ ਹੈ। ਮੈਂ ਤਾਂ ਕਹਿੰਦਾ ਐਕਟੀ ਮੈਂ ਖੜਦਾ ਬੂਟਾਂ ਤੇ, ਬੂਟਾਂ ਪਾਇਓ ਮੈਨੂੰ, ਨਾਲੇ ਪਾਇਓ ਆਪ ਤੇ ਨਾਲੇ ਪਵਾਇਓ ਆਪਣੇ ਰਿਸ਼ਤੇਦਾਰਾਂ ਤੋਂ, ਨਾਲੇ ਪਵਾਇਓ ਸਕੇ ਸੰਬੰਧੀਆਂ ਤੋਂ, ਨਾਲੇ ਪਵਾਇਓ ਜਾਲੀ। MLA ਬਣ ਕੇ ਮੈਂ ਬਣੂਗਾ ਸਿਹਤ ਮੰਤਰੀ, ਉਹ ਫੇਰ ਦੇਖਿਓ ਤੁਹਾਡੇ ਮੈਂ ਕੰਮ ਕਰਾਉਂਦਾ। ਐਕਟੀ ਵੋਟਾਂ ਜ਼ਰੂਰ ਪਾਓ ਮੈਨੂੰ, ਫੇਰ ਜਦ ਕਾਮਯਾਬ ਹੋਊਗਾ ਤੁਹਾਡੇ ਸਾਰਿਆਂ ਦੇ ਕੰਮ ਕਰਾਵਾਂਗੇ, ਹੈਂਡੀਕੈਪ ਭਰਾਵਾਂ ਦੇ ਸਾਰਿਆਂ ਦੇ। ਲੱਗਾ ਸਿਹਤ ਮੰਤਰੀ, ਇਹਨੂੰ ਦੇਖ ਪਹਿਲਾਂ ਬਿੰਗੇ ਜੇ ਨੂੰ, ਇਹ ਪਿਛਲੇ ਜਨਮ 'ਚ ਸਿਹਤ ਮੰਤਰੀ ਬਣਿਆ ਸੀ। ਅੰਗਹੀਣਾਂ ਦੀਆਂ ਪੈਨਸਲਾਂ ਵੀ ਖਾ ਗਿਆ, ਫੋੜੀਆਂ ਵੀ ਖਾ ਗਿਆ, ਸਾਰਾ ਕੁਝ ਖਾ ਗਿਆ। ਹੁਣ ਦੇਖ ਲੈ, ਇਹ ਆਸ ਜਨਮ ਦੇ ਵਿੱਚ ਘੱਟੋ ਘੱਟ ਜਾਂ 37 ਵਾਰ ਪੈਂਦੇ ਆ ਇਹਨੂੰ ਤੁਣ ਲੱਗੇ ਨੂੰ। ਆ ਗਿਆ ਵੱਡਾ ਮੰਤਰੀ। ਨਾ ਬਈ, ਇਹ ਜੋ ਹੈਗਾ ਕੰਮ ਕਰਦੇ ਆ, ਇਹਨਾਂ ਦਾ ਸਾਰਿਆਂ ਦਾ ਸੰਤਾਨ ਇਹਨਾਂ ਨੂੰ ਲੇਖਾ ਦੇਖਾ ਦੇਣਾ ਪੈਣਾ ਵੀ ਮੇਰਿਆ। ਸਾਡੇ ਵਾਲੇ ਨੇ ਪਤਾ ਨੀ ਕਦੋਂ ਲੇਖਾ ਦੇਣਾ। ਬੱਟੇ ਵੀ ਖਾ ਗਏ, ਰੋਡ ਵੀ ਖਾ ਗਏ, ਉਸ ਪੰਜਾਬ ਵੀ ਸਾਰੇ ਖਾ ਗਏ। ਉਦੋਂ ਬੱਟਿਆਂ ਨੂੰ ਸੈੱਟ ਖੂਹ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਸਾਰੀ ਹੀ ਨਸ਼ਿਆਂ ਦੇ ਖਾ ਕੇ ਰੋਲ ਦਿੱਤੀ। ਘਰ ਘਰ ਮਾਵਾਂ ਦੇ ਪੁੱਤ ਦੇਖੋ ਜਾ ਕੇ, ਘਰ ਮਾਵਾਂ ਪੈਟਰੀਆਂ ਰੋਂਦੀਆਂ, ਇੰਨਾ ਨਸ਼ੇ ਨੇ ਸਾਡਾ ਪੱਠਾ ਗਲ ਕਰ ਦਿੱਤਾ ਵੀ ਮੇਰਿਆ। ਇਹ ਪੰਜਾਬ ਦੀ ਜਵਾਨੀ ਗਾਲ ਕੇ ਰੱਖ ਦਿੱਤੀ। ਸਹੀ ਗੱਲ ਆ ਵੀ ਇਹ ਪੰਜਾਬ ਦੀ ਜਵਾਨੀ ਕਿਸੇ ਦੀ ਮਿੱਟੀ ਪਲੀਤ ਕਰਦੇ ਆ ਕਿ ਧੀਆਂ ਭੈਣਾਂ ਦੀ ਖਿੱਲੀ ਉਡਾਈ ਜਾਂਦੇ ਆ। ਉਹ ਨਰੈਣਿਆ ਕਿੱਦਾਂ ਦੀਆਂ ਗੱਲਾਂ ਕਰਦਾ ਹੋਵੇ। ਨਰੈਣਸਿਆ, ਮੈਂ ਤਾਂ ਇਹਨਾਂ ਨਾਲ ਸਲਾਹ ਕਰਦਾ ਸੀ ਵੀ ਵੋਟਾਂ ਵਾਲੀਆਂ ਮੋਹਰੇ ਨੇੜੇ ਵੀ ਕੀ ਮੈਨੂੰ ਕਰੋ ਖੜਾ MLA ਦੀ ਵੋਟਾਂ ਦੇ, ਤੇ ਮੈਂ ਬਣਦਾ ਸਿਹਤ ਮੰਤਰੀ। ਤੂੰ ਦੱਸ ਵੀ ਤੇਰੀ ਕੀ ਸਲਾਹ ਆ। ਮੈਂ ਤਾਂ ਆਪ ਸਲਾਹ ਕਰਦਾ ਆ ਘਰੋਂ ਵੀ ਮੈਂ ਐਤਕੀ ਵੋਟਾਂ ਦੇ ਖੜਨ, ਇਹ ਵੱਡਾ ਮੰਤਰੀ ਬਣਿਆ ਫਿਰਦਾ ਵੋਟਾਂ ਦੇ ਖੜਨ ਨੂੰ। ਨਾਲੇ ਮੈਂ ਆਪਣੀ ਪਾਰਟੀ ਨੂੰ ਵੀ ਕਹਿਤਾ ਐਤਕੀ ਟਿਕਟ ਮੈਂ ਲੈਣੀ ਆ। ਇਹ ਬਣੂਗਾ ਮੰਤਰੀ, ਸਾਡੇ ਦੇਸ਼ ਨੂੰ ਅੰਨਿਆਂ ਦੀ ਨਹੀਂ ਸਿਆਖਿਆਂ ਦੀ ਲੋੜ ਆ। ਜੇ ਮੈਂ ਬਣ ਜਾਊਂਗਾ
ਫੇਰ ਕੀ ਗੱਲ ਆ? ਕਿੱਦਾਂ ਗੁਜ਼ਾਰਾ ਕਰਦੇ ਆ ਤੁਸੀਂ, ਆਪਣੇ ਪਰਿਵਾਰ ਨੂੰ ਕਿੱਦਾਂ ਪਾਲਦੇ, ਤੁਸੀਂ ਆਪਣਾ ਖਰਚਾ ਕਿੱਦਾਂ ਚਲਾਉਂਦੇ ਆ? ਇਹ ਜਿਹੜੀਆਂ ਸਰਕਾਰਾਂ ਨੇ ਅੱਖਾਂ ਮੀਟੀਆਂ ਤੁਹਾਡੇ ਖਾਤਰ, ਤੁਹਾਡੇ ਲਈ ਕੁਛ ਨੀ ਇਹਨਾਂ ਨੇ ਕਰਨਾ, ਉਹ ਵੀ ਤਾਂ ਅੰਨੇ ਹੀ ਆ। ਬਿਲਕੁਲ ਸਹੀ ਆ ਵੀ, ਬਿਲਕੁਲ ਸਹੀ। ਉਹ ਵੋਟਾਂ ਦਾ ਛੱਡੋ ਖੈੜਾ, ਇਹਨਾਂ ਵੋਟਾਂ ਚੋਂ ਆਪਾਂ ਨੂੰ ਕੁਛ ਨੀ ਮਿਲਣਾ। ਤੁਸੀਂ ਮੈਨੂੰ ਬਣਾਓ ਬਾਬਾ, ਨਾਲੇ ਲਿਆਓ ਆਲੇ ਦੁਆਲੇ ਬੀਬੀਆਂ ਇਕੱਠੀਆਂ ਕਰਕੇ, ਜੋ ਬਣੂਗਾ ਅੱਧਾ ਤੁਹਾਡਾ ਅੱਧਾ ਮੇਰਾ। ਉਹ ਬਾਬਾ ਨੀ, ਤੈਨੂੰ ਬਣਾਵਾਂਗੇ ਪਿਤਾ ਜੀ। ਨਾਰੇ ਲਿਆਵਾਂਗੇ ਕਲਾਕਾਰ, ਉੱਥੇ ਤੇਰੀ ਕਰਾਵਾਂਗੇ ਪੂਰੀ ਬੱਲੇ ਬੱਲੇ। ਇਹਨਾਂ ਬਾਬਿਆਂ ਦਾ ਦੇਖੋ ਜੀ, ਕੁਛ ਨੀ ਪਤਾ ਲੱਗਦਾ। ਕਦੇ ਬਾਬੇ ਇਹਨਾਂ ਲੀਡਰਾਂ ਮਗਰ, ਕਦੇ ਲੀਡਰ ਬਾਬਿਆਂ ਦੇ ਮਗਰ, ਇਹਨਾਂ ਦਾ ਕੁਛ ਨੀ ਪਤਾ ਲੱਗਦਾ। ਕਹਿੰਦੇ ਅਸੀਂ ਵੋਟਾਂ ਦੇ ਖੜਨਾ, ਉਹ ਕਹਿੰਦੇ ਅਸੀਂ ਵੋਟਾਂ ਦੇ ਖੜਨਾ। ਇਹ ਬਾਬਿਆਂ ਦੇ ਡੇਰਿਆਂ ਦੇ ਗੇੜੇ ਮਾਰ ਮਾਰ ਬਾਬਿਆਂ ਨਾਲ ਰਲਾ ਲੈਂਦੇ ਆ, ਬਾਕੀ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਆ। ਭੋਲੀ ਭਾਲੀ ਜਾਤਾਂ ਮਗਰ ਲਾਈ ਆਏ ਨੀ। ਸਹੀ ਗੱਲ ਆ, ਉਹ ਸਹੀ ਗੱਲ ਆ। ਦੇਖੋ ਜੀ, ਦੇਖੋ ਕਿੰਨੀ ਕਮਾਈ ਕਰੀ ਜਾਂਦੇ ਆ। ਕਹਿੰਦੇ ਗਰੀਬਾਂ ਦੇ ਲਾਉਣੇ ਆ, ਟੈਡ ਆਪਣੇ ਭਰੀ ਜਾਂਦੇ ਆ। ਇਹਨਾਂ ਬਾਬਿਆਂ ਦਾ ਬਹੁਤ ਸੂਤ ਆ, ਵਿਹਲੇ ਰਹਿੰਦੇ ਆ, ਚੰਗਾ ਜੂਸਾ ਖਾਂਦੇ ਆ, ਬੀਬੀਆਂ ਤੋਂ ਲੱਤਾਂ ਘਟਾਉਂਦੇ ਆ। ਆਹ ਦੇਖੋ ਜਾ, ਲੋਕ ਵੀ ਓਦਾਂ ਦੇ ਹੋਏ ਆ। ਲੋਕਾਂ ਨੂੰ ਪਤਾ ਵੀ ਆ ਬਾਬੇ ਕੀ ਕਰਦੇ ਆ, ਲੋਕਾਂ ਦੀਆਂ ਧੀਆਂ ਭੈਣਾਂ ਨਾਲ ਹੈ, ਉਹਨਾਂ ਦੀਆਂ ਵੀਡੀਓ ਵੀ ਬਣਦੀਆਂ ਵਾ। ਲੋਕੀ ਫੇਰ ਵੀ ਆਪਣੀਆਂ ਧੀਆਂ ਭੈਣਾਂ ਨੂੰ, ਕੁੜੀਆਂ ਨੂੰ ਉਹਨਾਂ ਦੇ ਸੱਤ ਸੱਤ ਦਿਨ ਵਾਸਤੇ ਸੇਵਾ ਵਾਸਤੇ ਭੇਜ ਦਿੰਦੇ ਆ। ਉਹ ਸਹੀ ਆ, ਉਹ ਸਹੀ ਆ, ਸਹੀ ਆ। ਉਹ ਜਾਂਦੇ ਸਾਡੀ ਇੰਨੀ ਹੋ ਗਈ ਆ, ਜਾਂਦੇ ਇੰਨੀ ਹੋ ਗਈ ਆ ਸਾਡੀ। ਉਹ ਭਾਈ ਇੱਥੇ ਸਰਕਾਰਾਂ ਨਹੀਂ, ਇੱਥੇ ਸਾਡੇ ਲੋਕ ਵੀ ਅੰਨੇ ਹੋਈ ਫਿਰਦੇ ਆ। ਸਭ ਕੁਛ ਇਹ ਦੇਖਦੇ ਹੁੰਦੇ, ਸਭ ਕੁਛ ਇਹ ਨਿਕਲੀ ਜਾਂਦੇ, ਸਭ ਕੁਛ ਇਹ ਹੋਈ ਜਾਂਦਾ, ਸਾਰਿਆਂ ਦੇ ਸਾਹਮਣੇ ਹੁੰਦਾ। ਕੋਈ ਨੀ ਬੋਲਦਾ, ਨਾ ਸਰਕਾਰਾਂ ਬੋਲਦੀਆਂ, ਨਾ ਲੋਕ ਬੋਲਦੇ ਆ। ਮੈਂ ਚੱਲਦਾ, ਮੈਨੂੰ ਕਈ ਹੋਰ ਵੀ ਰੁਝੇਵੇਂ ਆ। ਮੈਂ ਤਾਂ ਤੁਹਾਡੇ ਕੋਲ ਬੈਠਾ ਦੇਖ ਕੇ ਮੈਂ ਵੀ ਆ ਗਿਆ। ਚੰਗਾ ਬਈ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਨਹੀਂ ਬਈ, ਦੇਸ਼ ਸਾਡਾ ਅੱਜ ਵੀ ਸੋਨੇ ਦੀ ਚਿੜੀ ਹੈ। ਸਾਡੇ ਦੇਸ਼ ਨੂੰ ਪਹਿਲਾਂ ਗੋਰਿਆਂ ਨੇ ਲੁੱਟਿਆ, ਹੁਣ ਸਾਡੇ ਦੇਸ਼ ਨੂੰ ਕਾਲੇ ਲੁੱਟੀ ਜਾਂਦੇ ਆ। ਜੇ ਸਾਡੇ ਲੀਡਰ ਜਾਂ ਸਾਡੇ ਅਫਸਰ ਜਾਂ ਸਾਡੇ ਜਿਹੜੇ ਮੌਜੂਦਾ ਅਫਸਰ ਆ ਉਹ ਨਾ ਢੰਗ ਨਾਲ ਕੰਮ ਕਰਨ, ਤਾਂ ਸਾਡੇ ਦੇਸ਼ ਹਜੇ ਵੀ ਕਾਮਯਾਬ ਹੋ ਸਕਦਾ। ਤਾਂ ਸਾਡੇ ਦੇਸ਼ ਨੂੰ ਜਿਹੜੇ ਲੁੱਟਣ ਵਾਲੇ ਆ ਹਜੇ ਸਾਡੇ 'ਚ ਹੀ ਬੈਠੇ ਆ। ਜੇ ਸਾਡੀ ਜਨਤਾ ਦੀ ਜ਼ਿੰਮੇਵਾਰੀ ਆ, ਕੁਛ ਸਾਡੇ ਲੀਡਰਾਂ ਦੀ ਜ਼ਿੰਮੇਵਾਰੀ ਆ, ਕੁਛ ਸਾਡੇ ਜਿਹੜੇ ਸਾਡੇ ਪ੍ਰਸ਼ਾਸਨਕਾਰੀ ਆ ਉਹਨਾਂ ਦੀ ਜ਼ਿੰਮੇਵਾਰੀ ਆ। ਜੇ ਅੱਜ ਵੀ ਸਹੀ ਢੰਗ ਨਾਲ ਕੰਮ ਕਰਦੇ ਆ ਤਾਂ ਦੇਸ਼ ਸਾਡਾ ਅੱਜ ਵੀ ਸੋਨੇ ਦੀ ਚਿੜੀ ਬਣ ਸਕਦਾ। ਜੇ ਅਸੀਂ ਇਕੱਲੇ ਉਹਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਸਾਡੀ ਜਨਤਾ ਵੀ ਖੁਦ ਜ਼ਿੰਮੇਵਾਰ ਆ ਇਹਨਾਂ ਗੱਲਾਂ ਦੇ ਵਿੱਚ। ਜੇ ਸਾਡੇ ਸੰਵਿਧਾਨ ਦੇ ਹਿਸਾਬ ਨਾਲ ਲਿਖੇ ਸਾਨੂੰ ਹੱਕ ਮਿਲ ਜਾਣ, ਤਾਂ ਸਾਡੇ ਜਿਹੜੇ ਸੰਵਿਧਾਨ ਦੇ ਸਾਡੇ ਲਿਖੇ ਸਾਡੇ ਜੋ ਵੀ ਸੰਵਿਧਾਨ ਦੇ ਵਿੱਚ ਲਿਖਿਆ ਆ ਉਹ ਸਾਨੂੰ ਮਿਲ ਜਾਏ, ਤਾਂ ਅਸੀਂ ਕਦੇ ਵੀ ਵਾਂਝੇ ਨਹੀਂ ਰਹਿ ਸਕਦੇ। ਸਾਰੇ ਆਪਾਂ ਆਪਣੇ ਥਾਂ 'ਤੇ ਨੌਕਰੀਆਂ ਕਰ ਸਕਦੇ ਆ। ਮੈਂ ਵੀ, ਆਪਾਂ ਤਾਂ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਆਪਣਾ ਘਰ ਚਲਾਉਂਦੇ ਹਾਂ, ਬੱਚੇ ਪਾਲਦੇ ਹਾਂ, ਕੋਈ ਨਾ ਕੋਈ ਕਿੱਤਾ ਕਰਦੇ ਹਾਂ। ਸਾਡੇ ਚੰਗੇ ਭਲੇ ਲੋਕ ਜਿਹੜੇ ਆ ਦੇਸ਼ ਨੂੰ ਲੁੱਟ ਕੇ ਖਾ ਰਹੇ ਆ, ਸਾਡੇ ਲੀਡਰ ਵੀ ਸਾਡੇ ਅਫਸਰ ਵੀ ਸਾਰੇ ਲੁੱਟ ਲੁੱਟ ਕੇ ਖਾ ਰਹੇ ਆ। ਪਰ ਆਪਾਂ ਤਾਂ ਹਜੇ ਵੀ ਜਨਤਾ ਨੂੰ ਕਹਿੰਦੇ ਹਾਂ, ਜੇ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਸਮਝੇ ਤਾਂ ਸਾਡਾ ਦੇਸ਼ ਹਜੇ ਵੀ ਸੋਨੇ ਦੀ ਚਿੜੀ ਬਣ ਸਕਦਾ ਹੈ। ਐਡੀ ਕੋਈ ਵੱਡੀ ਗੱਲ ਨਹੀਂ ਹੈਗੀ। ਜੇ ਸਾਡੇ ਰਾਜਨੀਤਿਕ ਲੋਕ, ਸਾਡੇ ਅਫਸਰ ਲੋਕ ਇਸ ਗੱਲ ਨੂੰ ਸਮਝਣ, ਤਾਂ ਸਾਡਾ ਦੇਸ਼
ਅੱਜ ਵੀ ਸੋਨੇ ਦੀ ਚਿੜੀ ਬਣ ਜੂਗਾ। ਇਹਨਾਂ ਲੋਕਾਂ ਨੇ ਸਾਡੇ ਦੇਸ਼ ਨੂੰ ਅੰਗਹੀਣ ਹੈਂਡੀਕੈਪ ਬਣਾ ਕੇ ਰੱਖ ਦਿੱਤਾ, ਬੇੜਾ ਗਰਕ ਕਰਤਾ ਸਾਡੇ ਦੇਸ਼ ਦਾ ਇਹਨਾਂ ਲੋਕਾਂ ਨੇ। ਇਹ ਸੀ ਇੱਕ ਪਿੰਡ ਦੇ ਵਿੱਚ ਇੱਕ ਬੋਰਡ ਦੇ ਥੱਲੇ ਬਣੇ ਚੌਂਤੇ ਦੇ ਉੱਤੇ ਅੰਗਹੀਣ ਵਿਅਕਤੀਆਂ ਦੀ ਖੁੰਡ ਚਰਚਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਹੋਰ ਪ੍ਰੋਗਰਾਮ ਲੈ ਕੇ ਤੁਹਾਨੂੰ ਦਿਖਾਉਂਦੇ ਰਹਾਂਗੇ, ਤੁਹਾਨੂੰ ਮਿਲਦੇ ਰਹਾਂਗੇ। ਦੇਖਦੇ ਰਹੋ ਜੈ ਭੀਮ ਚੈਨਲ ਫਾਸਟ ਵੇ 434 ਨੰਬਰ 'ਤੇ। ਜੈ ਭੀਮ, ਜੈ ਭਾਰਤ।